ਦਵਾਈ ਲੈਣ ਦੇ ਬਹਾਨੇ ਆਏ ਲੁਟੇਰਿਆਂ ਦੇ ਵੱਲੋਂ ਇੱਕ ਡਾਕਟਰ ਦੇ ਨਾਲ ਲੁੱਟ ਖਸੁੱਟ ਕੀਤੀ ਗਈ ਹੈ। ਦੱਸ ਦਈਏ ਕਿ ਡਾਕਟਰ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਸਦੇ ਕਾਊਂਟਰ ਦੇ ਵਿੱਚ ਪਏ 10,000 ਰੁਪਏ ਤੋਂ ਵੱਧ ਦੀ ਨਕਦੀ ਲੁੱਟ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ 3 ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦੇ ਡਾਕਟਰ ਦਾ ਕਹਿਣਾ ਹੈ ਕਿ 3 ਦੇ ਕਰੀਬ ਲੁਟੇਰੇ ਉਸਦੇ ਕਲੀਨਿਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਆਉਂਦੇ ਸਾਰ ਹੀ ਉਹਨਾਂ ਦੇ ਵੱਲੋਂ ਦਵਾਈ ਦੀ ਮੰਗ ਕੀਤੀ ਜਾਂਦੀ ਹੈ। ਪਰ ਜਿਵੇਂ ਹੀ ਉਹ ਦਵਾਈ ਦੇਣ ਲੱਗਦਾ ਹੈ ਤਾਂ ਉਸਦੀ ਅੱਖਾਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਕਾਰਨ ਅੱਖਾਂ ਦੇ ਵਿੱਚ ਕਾਫੀ ਜ਼ਿਆਦਾ ਜਲਨ ਹੁੰਦੀ ਹੈ ਅਤੇ ਉਸਨੂੰ ਅੱਖਾਂ ਤੋਂ ਬਿਲਕੁਲ ਵੀ ਦਿਖਾਈ ਹੀ ਨਹੀਂ ਦਿੰਦਾ। ਅਤੇ ਇਸ ਮੌਕੇ ਦਾ ਫਾਇਦਾ ਉਠਾ ਕੇ ਲੁਟੇਰਿਆਂ ਦੇ ਵੱਲੋਂ ਗੱਲੇ ਦੇ ਵਿੱਚ ਪਏ 10,000 ਰੁਪਏ ਅਤੇ ਪਰਸ ਦੇ ਵਿੱਚ ਪਈ ਕੁਝ ਨਕਦੀ ਨੂੰ ਲੁੱਟ ਕੇ ਉਹ ਫਰਾਰ ਹੋ ਗਏ ਨੇ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਵੀ ਆਲੇ ਦੁਆਲੇ ਲੱਗੀ CCTV ਫੁਟੇਜ ਨੂੰ ਖੰਗਾਲਿਆ ਜਾ ਰਿਹਾ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਪਹਿਲਾਂ ਤਾਂ ਲੁਟੇਰੇ ਮਰੀਜ਼ ਬਣ ਕੇ ਵੜਦੇ ਨੇ ਅਤੇ ਫਿਰ ਅੰਦਰ ਜਾ ਕੇ ਉਸਦੇ ਨਾਲ ਲੁੱਟ ਖਸੁੱਟ ਕੀਤੀ ਜਾਂਦੀ ਹੈ। 10,000 ਰੁਪਏ ਲੁੱਟ ਕੇ ਡਾਕਟਰ ਦੇ ਕੋਲੋਂ ਮੌਕੇ ਤੋਂ ਲੁਟੇਰੇ ਫਰਾਰ ਹੋ ਗਏ ਨੇ। ਕੱਲ੍ਹ ਨਾ ਹੀ ਮੈਂ 4:30 ਆਇਆ ਅਤੇ ਹੁਣ ਸਰ 3 ਬੰਦੇ ਅੰਦਰ ਐਂਟਰ ਕਰ ਗਏ। ਉਹਨਾਂ ਨੇ ਮੈਨੂੰ ਦਵਾਈ ਪੁੱਛੀ ਅਤੇ ਮੈਂ ਕਿਹਾ ਮੇਰੇ ਕੋਲ ਦਵਾਈ ਹੈ ਨਹੀਂ ਗੀ, ਤੁਸੀਂ ਹੋਸਪਿਟਲ ਚਲੇ ਜਾਓ, ਹੋਸਪਿਟਲ 'ਚ ਤੁਹਾਨੂੰ ਦਵਾਈ ਮਿਲ ਜੂਗੀ। ਅਤੇ ਨਾਲ ਦੀ ਨਾਲ ਉਹਨਾਂ 'ਚੋਂ ਇੱਕ ਵਿਚਾਲੜਾ ਬੰਦਾ ਸੀ, ਦੂਜਾ ਉਹਨੇ ਮੇਰੇ ਇੱਕੋ ਦਮ ਛਿੱਟਾ ਮਾਰਿਆ, ਅੱਖਾਂ ਬਹੁਤ ਜ਼ਿਆਦਾ ਜਲਣ ਲੱਗ ਗਈਆਂ, ਮੱਛਣ ਲੱਗ ਗਈਆਂ। ਅਤੇ ਜਿਹੜਾ ਇੱਧਰ ਬੰਦਾ ਖੜਾ ਸੀ ਉਹਨੇ ਨਾਲ ਦੀ ਨਾਲ ਗੱਲੇ ਨੂੰ ਹੱਥ ਪਾਇਆ, ਉਹ 'ਚੋਂ ਪੈਸੇ ਸਾਰੇ ਕੱਢ ਲਏ, 9-10 ਹਜ਼ਾਰ ਰੁਪਈਆ ਸੀਗਾ ਪਰਸ 'ਚੋਂ ਪੈਸੇ ਕੱਢ ਲਏ। ਮੁੜ ਕੇ ਬਸ ਮੇਰਾ ਮੋਬਾਈਲ ਵੀ ਚੱਕ ਕੇ ਲੈ ਗਏ, ਮੈਂ ਹੌਲੀ ਹੌਲੀ ਅੱਖਾਂ ਮਲਦਾ ਮਲਦਾ ਬਾਹਰ ਨੂੰ ਚਲਾ ਗਿਆ, ਮੋਬਾਈਲ ਮੇਰਾ ਫੜਾਤਾ ਬਸ ਅਤੇ ਚਲੇ ਗਏ। ਦਵਾਈ ਕਾਹਦੀ ਮੰਗੀ ਸੀ? ਦਵਾਈ ਉਹ ਗਾਇਨੀ ਦੀ ਮੰਗ ਰਹੇ ਸੀਗੇ, ਮੈਂ ਕਿਹਾ ਤੁਹਾਨੂੰ ਹੋਸਪਿਟਲ 'ਚ ਹੀ ਮਿਲੂਗੀ, ਉੱਥੋਂ ਹੀ ਲੈ ਗਏ ਤੁਸੀਂ। ਅਤੇ ਕੋਈ ਮੂੰਹ ਮਾਂ ਬੰਨੇ ਸੀਗੇ? ਕੋਈ ਹਥਿਆਰ ਨਹੀਂ ਸੀਗਾ ਉਹਨਾਂ ਕੋਲ? ਨਹੀਂ, ਹਥਿਆਰ ਦਿੰਦੇ ਮੈਨੂੰ ਨਹੀਂ ਪਤਾ ਉਹਨਾਂ ਕੋਲ ਹੈਗਾ ਸੀ ਜਾਂ ਨਹੀਂ ਆਇਆ ਸੀ, ਮੈਨੂੰ ਕੋਈ ਦਿਖਾਇਆ ਨਹੀਂ ਅਤੇ ਮੂੰਹ ਉਹਨਾਂ ਦੇ ਖੁੱਲ੍ਹੇ ਸੀਗੇ ਤਿੰਨਾਂ ਦੇ। ਅਤੇ ਕੀ ਪਾਇਆ ਕੀ ਤੁਹਾਡੀ ਅੱਖਾਂ 'ਚ? ਮਿਰਚਾਂ ਟਾਈਪ ਸੀਗਾ ਕੁਛ, ਬਹੁਤ ਜ਼ਿਆਦਾ ਜਲਨ ਹੋਣ ਲੱਗ ਗਈ ਸੀ, 1 ਘੰਟਾ ਮੇਰੀਆਂ ਅੱਖਾਂ ਹੀ ਨਹੀਂ ਖੁੱਲ੍ਹੀਆਂ। ਫਿਰ ਮੈਂ ਹੋਸਪਿਟਲ ਗਿਆ, ਅੱਖਾਂ ਲੈ ਕੇ ਫਿਰ ਅੱਖਾਂ ਸਾਫ ਕੀਤੀਆਂ, ਮੈਨੂੰ ਬਾਹਰੋਂ ਤਾਲਾ ਲਾ ਗਏ ਸੀ। ਚਾਬੀ ਪਤਾ ਸੀ ਉਹਨਾਂ ਨੂੰ ਕਿਹੜੀ ਹੈ? ਚਾਬੀ ਚਾਬੀ ਨਹੀਂ, ਵਿੱਚੇ ਲੱਗੀ ਹੋਈ ਸੀ, ਉਹ ਬਾਹਰਲੀ ਬਸ ਬਾਹਰਲੇ ਕਰ ਦਿੰਦੇ ਤਾਲਾ ਲਾ ਗਏ ਸੀ। ਕੋਈ CCTV ਹੈ? ਨਹੀਂ। ਕਿੰਨਾ ਨੁਕਸਾਨ ਹੋ ਗਿਆ? 9-10 ਹਜ਼ਾਰ ਰੁਪਏ ਕੈਸ਼ ਸੀਗਾ ਬਸ ਉਹ ਵੀ। ਦਵਾਈ ਲੈਣ ਦੇ ਬਹਾਨੇ ਆਏ ਲੁਟੇਰਿਆਂ ਦੇ ਵੱਲੋਂ ਇੱਕ ਡਾਕਟਰ ਦੇ ਨਾਲ ਲੁੱਟ ਖਸੁੱਟ ਕੀਤੀ ਗਈ ਹੈ। ਦੱਸ ਦਈਏ ਕਿ ਡਾਕਟਰ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਸਦੇ ਕਾਊਂਟਰ ਦੇ ਵਿੱਚ ਪਏ 10,000 ਰੁਪਏ ਤੋਂ ਵੱਧ ਦੀ ਨਕਦੀ ਲੁੱਟ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਨੇ। ਤਾਂ 3 ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦੇ ਡਾਕਟਰ ਦਾ ਕਹਿਣਾ ਹੈ ਕਿ 3 ਦੇ ਕਰੀਬ ਲੁਟੇਰੇ ਉਸਦੇ ਕਲੀਨਿਕ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਆਉਂਦੇ ਸਾਰ ਹੀ ਉਹਨਾਂ ਦੇ ਵੱਲੋਂ ਦਵਾਈ ਦੀ ਮੰਗ ਕੀਤੀ ਜਾਂਦੀ ਹੈ। ਪਰ ਜਿਵੇਂ ਹੀ ਉਹ ਦਵਾਈ ਦੇਣ ਲੱਗਦਾ ਹੈ ਤਾਂ ਉਸਦੀ ਅੱਖਾਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਕਾਰਨ ਅੱਖਾਂ ਦੇ ਵਿੱਚ ਕਾਫੀ ਜ਼ਿਆਦਾ ਜਲਨ ਹੁੰਦੀ ਹੈ ਅਤੇ ਉਸਨੂੰ ਅੱਖਾਂ ਤੋਂ ਬਿਲਕੁਲ ਵੀ ਦਿਖਾਈ ਹੀ ਨਹੀਂ ਦਿੰਦਾ। ਅਤੇ ਇਸ ਮੌਕੇ ਦਾ ਫਾਇਦਾ ਉਠਾ ਕੇ ਲੁਟੇਰਿਆਂ ਦੇ ਵੱਲੋਂ ਗੱਲੇ ਦੇ ਵਿੱਚ ਪਏ 10,000 ਰੁਪਏ ਅਤੇ ਪਰਸ ਦੇ ਵਿੱਚ ਪਈ ਕੁਝ ਨਕਦੀ ਨੂੰ ਲੁੱਟ ਕੇ ਉਹ ਫਰਾਰ ਹੋ ਗਏ ਨੇ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਦੇ ਵੱਲੋਂ ਵੀ ਆਲੇ ਦੁਆਲੇ ਲੱਗੀ CCTV ਫੁਟੇਜ ਨੂੰ ਖੰਗਾਲਿਆ ਜਾ ਰਿਹਾ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਡਾਕਟਰ ਦੇ ਕਲੀਨਿਕ ਦੇ ਵਿੱਚ ਪਹਿਲਾਂ ਤਾਂ ਲੁਟੇਰੇ ਮਰੀਜ਼ ਬਣ ਕੇ ਵੜਦੇ ਨੇ ਅਤੇ ਫਿਰ ਅੰਦਰ ਜਾ ਕੇ ਉਸਦੇ ਨਾਲ ਲੁੱਟ ਖਸੁੱਟ ਕੀਤੀ ਜਾਂਦੀ ਹੈ। 10,000 ਰੁਪਏ ਲੁੱਟ ਕੇ ਡਾਕਟਰ ਦੇ ਕੋਲੋਂ ਮੌਕੇ ਤੋਂ ਲੁਟੇਰੇ ਫਰਾਰ ਹੋ ਗਏ ਨੇ। ਕੱਲ੍ਹ ਨਾ ਹੀ ਮੈਂ 4:30 ਆਇਆ ਅਤੇ ਹੁਣ ਸਰ 3 ਬੰਦੇ ਅੰਦਰ ਐਂਟਰ ਕਰ ਗਏ। ਉਹਨਾਂ ਨੇ ਮੈਨੂੰ ਦਵਾਈ ਪੁੱਛੀ ਅਤੇ ਮੈਂ ਕਿਹਾ ਮੇਰੇ ਕੋਲ ਦਵਾਈ ਹੈ ਨਹੀਂ ਗੀ, ਤੁਸੀਂ ਹੋਸਪਿਟਲ ਚਲੇ ਜਾਓ, ਹੋਸਪਿਟਲ 'ਚ ਤੁਹਾਨੂੰ ਦਵਾਈ ਮਿਲ ਜੂਗੀ।
ਅਤੇ ਨਾਲ ਦੀ ਨਾਲ ਉਹਨਾਂ 'ਚੋਂ ਇੱਕ ਵਿਚਾਲੜਾ ਬੰਦਾ ਸੀ, ਦੂਜਾ ਉਹਨੇ ਮੇਰੇ ਇੱਕੋ ਦਮ ਛਿੱਟਾ ਮਾਰਿਆ, ਅੱਖਾਂ ਬਹੁਤ ਜ਼ਿਆਦਾ ਜਲਣ ਲੱਗ ਗਈਆਂ, ਮੱਚਣ ਲੱਗ ਗਈਆਂ, ਅਤੇ ਜਿਹੜਾ ਇੱਧਰ ਬੰਦਾ ਖੜਾ ਸੀ ਉਹਨੇ ਨਾਲ ਦੀ ਨਾਲ ਗੱਲੇ ਨੂੰ ਹੱਥ ਪਾਇਆ, ਉਹ 'ਚੋਂ ਪੈਸੇ ਸਾਰੇ ਕੱਢ ਲਏ, 9-10 ਹਜ਼ਾਰ ਰੁਪਈਆ ਸੀਗਾ, ਪਰਸ 'ਚੋਂ ਪੈਸੇ ਕੱਢ ਲਏ, ਮੁੜ ਕੇ ਬਸ ਮੇਰਾ ਮੋਬਾਈਲ ਵੀ ਚੱਕ ਕੇ ਲੈ ਗਏ, ਮੈਂ ਹੌਲੀ ਹੌਲੀ ਅੱਖਾਂ ਮਲਦਾ ਮਲਦਾ ਬਾਹਰ ਨੂੰ ਚਲਾ ਗਿਆ, ਮੋਬਾਈਲ ਮੇਰਾ ਫੜਾਤਾ, ਬਸ ਉਹ ਚਲੇ ਗਏ। ਦਵਾਈ ਕਾਹਦੀ ਮੰਗੀ ਸੀ? ਦਵਾਈ ਉਹ ਗਾਇਨੀ ਦੀ ਮੰਗਦੇ ਸੀਗੇ, ਮੈਂ ਕਿਹਾ ਤੁਹਾਨੂੰ ਹੋਸਪਿਟਲ 'ਚ ਮਿਲੂਗੀ, ਉੱਥੋਂ ਹੀ ਲੈ ਗਏ ਤੁਸੀਂ। ਅਤੇ ਕੋਈ ਮੂੰਹ ਮਾਂ ਬੰਨੇ ਸੀਗੇ? ਕੋਈ ਹਥਿਆਰ ਨਹੀਂ ਸੀਗਾ ਉਹਨਾਂ ਕੋਲ? ਨਹੀਂ, ਹਥਿਆਰ ਦਿੰਦੇ ਮੈਨੂੰ ਨਹੀਂ ਪਤਾ, ਉਹਨਾਂ ਕੋਲ ਹੈਗਾ ਸੀ ਜਾਂ ਨਹੀਂ ਆਇਆ ਸੀ ਮੈਨੂੰ ਕੋਈ ਦਿਖਾਇਆ ਨਹੀਂ, ਅਤੇ ਮੂੰਹ ਉਹਨਾਂ ਦੇ ਖੁੱਲ੍ਹੇ ਸੀਗੇ ਤਿੰਨਾਂ ਦੇ। ਅਤੇ ਕੀ ਪਾਇਆ, ਕੀ ਤੁਹਾਡੀ ਅੱਖਾਂ 'ਚ? ਮਿਰਚਾਂ ਟਾਈਪ ਸੀਗਾ ਕੁਛ, ਬਹੁਤ ਜ਼ਿਆਦਾ ਜਲਨ ਹੋਣ ਲੱਗ ਗਈ ਸੀ, ਇੱਕ ਘੰਟਾ ਮੇਰੀਆਂ ਅੱਖਾਂ ਹੀ ਨਹੀਂ ਖੁੱਲ੍ਹੀਆਂ, ਫਿਰ ਮੈਂ ਹੋਸਪਿਟਲ ਗਿਆ, ਅੱਖਾਂ ਲੈਣੇ, ਫਿਰ ਅੱਖਾਂ ਸਾਫ਼ ਕੀਤੀਆਂ, ਮੈਨੂੰ ਬਾਹਰੋਂ ਤਾਲਾ ਲਾ ਗਏ ਸੀ। ਚਾਬੀ ਪਤਾ ਸੀ ਉਹਨਾਂ ਨੂੰ ਕਿਹੜੀ ਹੈ? ਚਾਬੀ ਚਾਬੀ ਨਹੀਂ, ਵਿੱਚੇ ਲੱਗੀ ਹੋਈ ਸੀ ਉਹ, ਬਾਹਰਲੀ, ਬਸ ਬਾਹਰਲੇ ਕੈਬਿਨ ਨੂੰ ਹੀ ਤਾਲਾ ਲਾ ਗਏ ਸੀ। ਕੋਈ ਸੀਸੀਟੀਵੀ ਹੈ? ਨਹੀਂ। ਕਿੰਨਾ ਕੁ ਨੁਕਸਾਨ ਹੋ ਗਿਆ? 9-10 ਹਜ਼ਾਰ ਰੁਪਈਆ ਕੈਸ਼ ਸੀਗਾ ਬਸ ਉਹ।